ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋਂ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਮਿਹਦੀਆਂ ਕਲਾਂ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਜਸ਼ਨ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਤੁਹਾਨੂੰ ਇੱਕ ਆ ਤੋਕੜ ਗੱਬਣ ਚੈੱਕ ਪਾਸ ਅਤੇ ਦੋ ਹੋਲੇ ਭਾਜ ਬੱਚੇ ਤੋਂ ਬਿਨਾਂ ਗਾਵਾਂ ਤੁਹਾਨੂੰ ਦਿਖਾਵਾਂਗੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਵਧੀਆ ਵਧੀਆ, ਤੁਸੀਂ ਦੱਸੋ। ਤੇ ਚਲੋ ਨਾਮ ਦੱਸ ਦੇ ਕਰੀ ਫਿਰ ਆਪਾਂ। ਮਿਆਦੀਆਂ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੀ। ਤੇ ਫੋਨ ਨੰਬਰ ਹੀ ਬੋਲ ਦੇ ਕਰੀ। 7928392275 ਤੇ WhatsApp ਚੱਲਦਾ ਹੈ। ਠੀਕ ਹੈ। ਹਾਂਜੀ। ਤੇ ਅੱਜ ਇੱਕ ਤੋਕੜ ਗੱਬਨ ਤੇ ਦੋ ਬੱਚੇ ਤੋਂ ਬਿਨਾ। ਬੜੀ ਵਸੀ ਚੱਗੀ ਹੈ, ਵੇਖੋ ਸਫਾਈਆਂ। ਠੀਕ ਹੈ। ਕਿੰਨੇ ਚਿਰ ਦੀ ਚੈੱਕ ਪਾਸ ਆ? ਹਰ ਪੀਜੀ ਇਹ ਪੰਜਾਂ ਤੋਂ ਅੰਦਰ ਹੀ ਹੈ, ਕੋਈ 5-7 ਦਿਨ। ਅੱਛਾ। ਹਾਂਜੀ। 5 ਮਹੀਨੇ। 4.5 ਤੇ 5 ਦੇ ਵਿੱਚ ਹੈਗੀ ਆ। 4.5 5 ਦੇ ਵਿੱਚ ਜੀ। ਠੀਕ ਹੈ। ਦੁੱਧ ਵਸੀ ਕੋ 8 ਕਿਲੋ। 8 ਕਿਲੋ ਹੈਗਾ ਦੁੱਧ। ਸਫਾਈਆਂ ਬੜੀਆਂ ਜੇ। ਠੀਕ ਹੈ। ਚੱਡਾ ਸੱਜਣਾ ਜਿੰਨਾ ਚੱਡਾ ਹੋਣੀ ਬਣਾਇਆ ਵਸੀ। ਠੀਕ ਹੈ। ਹਾਂਜੀ। ਤੋਰੋ ਹਾਂ ਇੱਕ ਰੀਨ। ਬਾਕੀ ਥਣਾਂ ਦਾ ਸਾਈਜ਼ ਗੈਪ ਵੀ ਚੰਗਾ ਵਾ। ਤੇ ਆਹ ਥਣਾਂ ਦਾ ਸਾਈਜ਼ ਗੈਪ ਦੇਖ ਸਕਦੇ ਤੇ ਮਿਲਕ ਮੈਨੂੰ ਵੀ ਦੇਖ ਸਕਦੇ, ਚੰਗੀ ਲੱਗੀ। ਉਮੀਦ ਹੈ ਨਾ ਸੱਜਣ ਨੇ ਦੁੱਧ ਚੰਗਾ ਕੱਢਿਆ ਹੋਊਗਾ। ਹਰਪੀ ਜੀ, ਦੁੱਧ ਦੇ ਘਰ ਵਾਲੇ ਆਂਦੇ ਵੀ 15 ਕਿਲੋ ਭਰਿਆ। ਹਾਂਜੀ। ਚਲੋ ਕੋਈ ਸ਼ਾਮ ਕਰ ਲੂ ਵੀ ਰੇਣਾ ਦੇਈ ਜਾਣਾ, ਕੀ ਜਾਂਦਾ ਇਹਨੂੰ ਗਾੜੀ ਸਿਆਲ ਆਉਂਦਾ। ਤੇ ਹੁਣ 8 ਕਿਲੋ ਹੈਗਾ ਪੱਕਾ ਦੁੱਧ? ਹਾਂ ਪੱਕਾ ਹਰਪੀ ਜੀ, 8 ਕਿਲੋ। ਤੇ ਮੁੱਲ ਫਿਰ ਇਹਦਾ? ਮੁੱਲ ਤੇ ਹਰਪੀ ਜੀ ਅਸੀਂ ਟੋਕਣਾ ਕੱਢਣਾ ਲੋਕ 35-35 ਵੀ ਕਰਨ ਦੇ ਆ। ਹਾਂਜੀ। ਮੁੱਲ 30,000 ਆ। ਅੱਛਾ। 26,000 ਹੀ ਦੇ ਦਾਂਗੇ। 25 ਦੀ ਦੇ ਦਈਏ ਪੂਰੇ ਦੀ। ਕੋਈ ਨੀ ਹਰਪੀ ਜੀ, ਤੁਸੀਂ ਕਹਿ ਤਾਂ ਦੇ ਦਾਂਗੇ। ਠੀਕ ਹੈ। ਹਾਂਜੀ। ਚਲੋ ਬਾਕੀ ਕੋ ਫੋਨ ਲਾਵੇ। ਫੋਨ ਲਾਵੇ, ਕੋਈ ਨੀ, ਕਰ ਲਾਂਗੇ ਵੇਖੋ ਸਫਾਈਆਂ ਸਕੂਈਆਂ ਵੇਰ ਦੀ। ਠੀਕ ਹੈ ਜੀ। ਹਾਂਜੀ ਸੱਜਣਾ ਜਿੰਨਾ ਹੋਣੀ ਲੇਵਾ ਲਈ ਫਿਰ ਦੀ। ਠੀਕ ਹੈ। ਤੇ ਹੁਣ ਆ ਗਈ ਜਿਹੜੀ ਆਪਣੇ ਕੋਲ ਦੂਸਰੇ ਨੰਬਰ ਤੇ, ਕਾਫੀ ਪਿਆਰੀ ਜੀ ਵੈੜ ਆ ਜਿਹੜੀ ਇਹ ਵਾਲੀ। ਇਹਦੇ ਕੋਲ ਕਿੰਨਾ ਹੀ ਦੁੱਧ? ਇਹਦੇ ਕੋਲ ਹਰਪੀ ਜੀ 6 ਕਿਲੋ ਜੀ। ਹੈਗਾ ਪੱਕਾ ਦੁੱਧ? ਹਾਂਜੀ 6 ਕਿਲੋ ਹਰਪੀ ਜੀ। ਵਾਣਾ ਥੋੜਾ ਨਿਗਰ ਆਦੀ ਦੁੱਧ ਹੈਗਾ 6 ਕਿਲੋ। ਸੂਆ ਪਹਿਲਾਂ ਹੀ? ਸੂਆ ਪਹਿਲਾਂ ਹੀ ਹਰਪੀ ਜੀ। ਤੋਰਦਾ ਫਿਰ ਇੱਕ ਦਿਨ ਉਹ ਤਰ੍ਹਾਂ ਸੀਲ ਸਲੱਗ ਜੇ? ਸੀਲ ਹਰਪੀ ਜੀ ਬੜੀ ਠੰਡੀ। ਤੇ ਇਹਦਾ ਦੁੱਧ ਵੀ ਸੰਘਣਾ ਮੱਝਾਂ ਵਰਗਾ ਨਾ। 6 ਫੈਟ ਆਉਂਦੀ ਇਹਦੀ ਵੀ ਤੇ ਉਹਦੀ ਵੀ ਇਕੱਠਾ ਪਾ ਲਿਆ ਕੱਲ ਮੈਂ। 6 ਫੈਟ ਵਾਲਾ ਦੁੱਧ ਹੈ ਜਿਹੜਾ ਕਹਿੰਦੇ ਕਿ ਇਹਨਾਂ ਦੋਵਾਂ ਦਾ। ਬਾਕੀ ਇਹੋ ਜਿਹੀਆਂ ਗਾਵਾਂ ਦਾ ਦੁੱਧ ਸੰਘਣਾ ਹੀ ਹੁੰਦਾ ਵਾ, ਮੱਝਾਂ ਦੇ ਮੁਕਾਬਲੇ ਹੁੰਦਾ ਦੁੱਧ। ਉਸ ਤਰ੍ਹਾਂ ਵੀ ਚਲੋ ਸੋਹਣੀ ਵੈੜ ਆ ਰਾਜੀ ਰੋਜੀ ਦਾ, ਕੰਮ ਵੀ ਚੰਗੀ ਹੈ। ਥੋੜ੍ਹਾ ਡਰਦੀ ਡਰਦੀ ਆ, ਝੱਬੂ ਦੀ ਆਦਤ ਹੁੰਦੀ ਨਹੀਂ ਹੈ ਕਈ ਵਾਰੀ। ਨੱਥਾਂ ਪਈਆਂ ਹੁੰਦੀਆਂ ਵਾ ਤੇ ਫਿਰ ਜਦੋਂ ਝੱਬੂ ਪਾਈਏ ਤੇ ਉਦੋਂ ਥੋੜ੍ਹਾ ਜਿਹਾ ਕਰਦੀਆਂ। ਤੇ ਆ ਥਣ ਵੀ ਦੇਖ ਸਕਦੇ ਇਹਦੇ ਆਪਾਂ ਲਾਗੇ ਤੋਂ। ਤੇ ਇਹਦਾ ਫਿਰ ਮੁੱਲ? ਇਹਦਾ ਮੁੱਲ ਹਰਪੀ ਜੀ ਦੇ ਦਿਓ 15,000 ਦੀ। 15,000 ਦੀ ਵੇਖ ਲਓ, ਕਰਨਾ ਕੋਈ ਮਾਨਤਾ ਨਾ। 2,000 ਛੱਡ ਦਈਏ। 13,000 ਦੀ ਦੇ ਦਿਓ। ਚਲੋ ਬਾਕੀ ਹੋਰ ਕਰ ਦਿਓ ਕੋਈ ਮੌਕੇ ਤੇ, ਫੋਨ ਲਾਵੇ ਵੀ। ਠੀਕ ਹੈ। ਤੇ ਹੁਣ ਆ ਗਈ ਆਪਣੇ ਕੋਲ ਇੱਕ ਹੋਰ। ਅੱਛਾ। ਤੇ ਇਹਦੇ ਕੋਲ ਦੁੱਧ ਕਿੰਨਾ? ਇਹਦੇ ਕੋਲ ਹਰਪੀ ਜੀ ਦੁੱਧ 4 ਕਿਲੋ ਜੀ। ਅੱਛਾ, ਇਹਦੇ ਕੋਲ 4 ਕਿਲੋ ਆ। 4 ਕਿਲੋ ਚਵਾ ਚੂ ਬੜਾ ਲੱਗਾ ਇਹਦੀ ਫੈਨ, 6 ਫੈਨ। ਇਹ ਆ ਕਿ ਚਲੋ ਚਾਹ ਪਾਣੀ ਦਾ ਕਰਦਾ ਸਾਰੀ ਜਾਊਗੀ। ਸਾਰੀ ਜਾ ਹਰਪੀ ਜੀ, ਇਹਨੂੰ ਟੀਕਾ ਭਰੇ ਨੂੰ ਵੀ 1.5 ਮਹੀਨਾ ਹੋ ਗਿਆ ਜਾਂਦਾ। ਤੋਰ ਦੋ ਫਿਰ ਇੱਕ ਰੀਨ।
ਬਾਕੀ ਭਾਵੇਂ ਕੋਈ ਜ਼ਿਆਦਾ ਦੁੱਧ ਵਾਲੀ ਹੈ ਅਤੇ ਭਾਵੇਂ ਥੋੜ੍ਹੇ ਦੁੱਧ ਵਾਲੀ ਹੈ, ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਹੈ, ਆਪਣੀ ਜ਼ਿੰਮੇਵਾਰੀ 'ਤੇ ਪਸ਼ੂ ਲੈਣਾ। ਅਤੇ ਇਹਦਾ ਵੀਰ ਜੀ ਫਿਰ ਕਿੰਨਾ ਮੁੱਲ ਹੈ? 7000 ਦੀ ਕੀ ਕਰ ਦਿਓ ਕਿ ਮਾਨਤਾ ਨਾ ਆਪ ਹੀ ਕਰ ਦਿਓ? 6 ਦੀ ਕੀ ਹੋਰ ਕਰ ਦੋਗੇ? ਕੋਈ ਨੀ ਕਰ ਦਾਂਗੇ ਵੀਰ, ਕੋਈ ਮੌਕੇ ਤੇ ਫੋਨ ਲਾਵੇ ਦੇ ਦਾਂਗੇ। ਅੱਛਾ, ਚਾਹ ਪਾਣੀ ਵਾਲੇ ਵੀਰ ਨੂੰ ਦੇ ਦਾਂਗੇ ਜਿੱਦਾਂ ਕੋਈ ਕਰੂ, ਕੋਈ ਫੋਨ ਇੱਕ ਵਾਰੀ ਕੋਈ ਲਾਵੇ ਜ਼ਰੂਰ ਹੈ ਨਾ। ਬਾਕੀ ਦੁੱਧ ਉਹਦੇ ਥੱਲੇ 8 ਕਿਲੋ ਦੁੱਧ, ਜਿੰਨਾ ਜਿੰਨਾ 10000 ਰੁਪਏ ਜੀ ਉਹਨਾਂ ਨਾਲ ਹੀ ਹੋਊਗਾ। ਠੀਕ ਹੈ ਜੀ, ਬੇਨਤੀ ਹੈ ਵੀ ਸਾਡੇ ਘਰ ਚੋਗੇ ਖੜਨਾ, ਜਿਹੜਾ ਕੋਈ ਵੀਰ ਭਰਾ ਹੁੰਦਾ 2 ਡੰਗ 3 ਡੰਗ ਸਾਡੇ ਘਰ ਚੋਗੇ ਖੜੇ, ਇੱਥੋਂ ਹੀ ਆਪਣੀਆਂ ਵੇਚ ਚੱਕ ਕੇ ਨਾ ਚਵਾਈ ਕਰਕੇ। ਚੈੱਕ ਪਾਸ ਹੈ ਜਿਹੜੀ, ਉਹ ਚੈੱਕ ਪਾਸ ਹੈ ਜੇ ਸਾਡੇ ਕੋਲ ਵੀਡੀਓ ਮੇਰੇ ਕੋਲ ਹੈਗੀ ਆ, ਬਾਕੀ ਆਪਣੇ ਘਰ 3 ਡੰਗਾਂ ਦੀ ਗਾਰੰਟੀ ਹੋ ਗਈ ਤੇ ਕਰ। ਅੱਛਾ, ਮਤਲਬ 3 ਦਿਨਾਂ ਦੇ ਵਿੱਚ ਉਹ ਚੈੱਕ ਕਰਾ ਲੇਗਾ, ਬਾਅਦ ਚ ਦਿਨ ਵੱਧ ਲੈ ਜੇ ਘੱਟ ਲੈ ਜੇ ਅਗਲੇ ਜ਼ਿੰਮੇਵਾਰੀ, ਬਾਕੀ ਵੀਡੀਓ ਆਪਣੇ ਕੋਲ ਹੈਗੀ ਡਾਕਟਰ ਜੋ ਚੈੱਕ ਪਾਸ ਕਰਨ ਲਿਆ। ਠੀਕ ਹੈ ਜੀ, ਠੀਕ ਹੈ ਵੀਰ ਜੀ, ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ, ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਵੇਖ ਚਾਹ ਕੇ ਖੜੋ, ਕਿਤੋਂ ਵੀ ਲੈਣਾ ਹੁੰਦਾ ਵਾ ਆਪ ਵੇਖ ਚਾਹ ਕੇ ਆਪਣਾ ਸਮਝਣਾ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ।